ਲਓ ਜੀ, ਵੱਡਾ ਤੜਕਾ, ਸਵੇਰ ਦਾ ਟਾਈਮ, ਜੀਰੀ ਲੱਗ ਗਈ ਆਪਣੀ ਨਿੱਸਰ, ਜੀਰੀ ਹੈ ਜਿਹੜੀ ਆਪਣੀ 40% ਨਿੱਸਰ ਆਈ ਜੀ, ਉਹ ਵੀ ਦਿਖਾ ਦਿੰਦਾ ਤੁਹਾਨੂੰ। ਹਾਂ ਦੇਖੋ, 40% ਹੈ ਜੀ, ਕੋਈ ਕੋਈ ਡੱਕਾ ਦਿਖ ਰਿਹਾ ਇੱਧਰ, ਜਾਣੀ 5-7 ਦਿਨ ਦੇ ਵਿੱਚ ਹੋਰ ਪੂਰੀ ਨਿੱਸਰ ਆਊਗੀ। ਵੀ ਬਹੁਤ ਵਧੀਆ ਨਿਸਾਰਾ, ਇੱਕਣਾ ਹੀ ਹੈ, ਚਲੋ ਹਾਈਬ੍ਰਿਡ ਹੈ ਜਿਹੜੀ, ਅੱਗੇ ਵੀ ਦੇਖਦੇ ਇੱਕਣਾ ਹੀ ਨਿਸਰਦੀ ਆ। ਆਹ ਦੇਖੋ, ਆਹ ਹੁਣ ਬੂਚਾ ਬੜਾ ਹੋ ਗਿਆ, ਜੇ ਸਾਰੀ ਨਿਸਰਨੀ ਬਰਾਬਰ ਹੋ ਜਾਣੀ ਹੈ। ਉੱਧਰ ਰਾਜੂ ਬਾਈ ਦਿਖਾਉਂਦਾ ਤੁਹਾਨੂੰ ਮੈਂ, ਉਹ ਵੀ ਪਹਿਲਾਂ ਇੱਕਣਾ ਹੀ ਤੀ, ਉਹ ਤਾਂ ਚਲੋ ਹੁਣ ਗੱਦਰ ਜੀ ਹੋਣ ਲੱਗ ਗਈ। ਅਤੇ ਚੱਲਦੇ ਆ, ਬਾਕੀ ਭਾਈ ਮੌਸਮ ਕੱਲ੍ਹ ਸਾਰੀ ਦਿਹਾੜੀ ਪਿਆ ਮੀਂਹ, ਅੱਜ ਵੀ ਖਰਾਬ ਜਾਈ। ਆਹ ਲੱਗੀ ਵੀ ਭਾਈ 26 ਇੱਧਰ, ਇਹ ਵੀ ਪਰ ਕੋਈ ਡੱਕਾ ਨਹੀਂ ਨਿਸਰਿਆ ਇਹਦੇ 'ਚ, ਸਮਝ ਲਓ। ਇਹ ਮੌਸਮ ਦੇਖੋ, ਹਾਲ ਸੂਰਜ ਆ ਜਿਹੜਾ ਹਾਲੇ ਵੀ ਲੁਕਿਆ ਪਿਆ ਬੱਦਲਾਂ 'ਚ, ਵਿੱਚ ਨੂੰ ਮਾੜਾ ਜਿਹਾ ਦਿਖਦਾ ਉਹਦੇ ਨੂੰ। ਆਹ ਦੇਖੋ ਭਾਈ, ਆਹ ਜੀਰੀ ਹੈ ਜਿਹੜੀ ਸਿਰਿਆਂ ਪਰ ਤਾਂ ਗੱਦਰ ਜੀ ਹੋਣ ਲੱਗ ਗਈ, ਇਹ ਵੀ ਹੈ ਜਿਹੜੀ ਇਹ 27 ਹੈ, 27 ਉਹ ਆਪਾਂ ਨੇ ਲਾਈ ਵੀ ਉੱਧਰ। ਹੁਣ ਤੱਕ ਇਹ ਪਨੀਰੀ ਵਾਲਾ ਖੇਤ ਆ ਬਾਈ, ਆਹ ਸਭ ਤੋਂ ਅਖੀਰ 'ਚ ਲੱਗਿਆ ਤਾ ਜਿਹੜਾ, ਹੁਣ ਤੱਕ ਮੈਨੂੰ ਸਿਰਫ ਇੱਕ ਡੱਕਾ ਹੀ ਨਿਸਰਿਆ ਵਾ ਦਿਖਿਆ ਇਹਦੇ 'ਚ, ਦਿਖਾਉਂਦਾ ਤੁਹਾਨੂੰ ਮਾਰੇ। ਹਾਂ ਦੇਖ ਲਓ, ਸਿਰਫ ਆਹੀ ਡੱਕਾ ਨਿਸਰਿਆ ਵਾ ਜੀ ਇਹਦੇ 'ਚ, ਹੋਰ ਕੋਈ ਨਹੀਂ। ਮੈਂ ਉੱਪਰ ਨੂੰ ਐਂ ਗੇੜਾ ਮਾਰਿਆ ਆ, ਕਿਆ ਇੱਕ ਅੱਧਾ ਜੇ ਹੋਰ ਹੋਇਆ, ਜਾਣੀ ਮੇਨ ਮੈਂ ਦੇਖਦਾ ਵੀ ਆਹੀ ਹੈ, ਪਰ ਤਿਆਰੀ ਪੂਰੀ ਹੈ ਇਹਦੀ ਵੀ ਨਿਸਰਨ ਦੀ। ਆਹ ਦੇਖੋ, ਕੁੱਕੜੀ ਜੀ ਫੁੱਲੀ ਪਈ ਆ ਇਹ, ਆਹ ਦੇਖੋ ਬਾਈ, ਆ ਲਓ ਤਿਆਰ ਪਰ ਤਿਆਰ, ਆਹ ਵੀ ਵਿੱਚ ਤਾਂ ਲੱਗ ਗਈ ਨਿਕਲਣ। ਅਤੇ ਆਹ ਦੇਖੋ, ਸਾਰੀ ਹੈ ਕੁੱਕੜੀ ਜੀ ਬਾਈ ਤਿਆਰ ਆ ਰਿਹਾ, ਜਿਹਨੂੰ ਕਹਿ ਦਿੰਦੇ ਵੀ ਜੀਰੀ ਨਿਕਲਦੀ ਦੇਖਣੀ, ਆਹ ਇੱਕ ਸਾਰੀ ਤਿਆਰ ਪਰ ਤਿਆਰ ਆ। ਇਹਦੇ ਵਿੱਚ ਬਾਈ ਜੀਰੀ ਫੁੱਲ ਭਰੀ ਵੀ ਆ ਬਲ, ਬਾਈ ਨੇ ਆਹ ਪੱਤਾ ਖੋਲ੍ਹ ਕੇ ਆਪਣਾ ਸਾਰੀ ਨੇ ਬਾਹਰ ਨਿਕਲਿਆ ਹੋਣਾ। ਅਤੇ ਬਾਕੀ ਚਲੋ, ਇਹ 27 ਹੈ ਲੇਟ ਵਾਲਾ ਬੀਜ, ਇਹ 27 ਉਹ 26 ਨਾਲ ਤਾਂ 3 ਦਿਨ ਲੇਟ ਆ, 3-4 ਦਿਨ ਦੀ ਛੋਟ ਵਡਿਆਈ ਹੈ, ਪਰ ਜਾਣੀ ਉਹਦੇ ਵਿੱਚ ਕੋਈ ਡੱਕਾ ਨਹੀਂ ਦਿਖਿਆ ਹਾਲੇ ਨਿਸਰ ਦਾ ਇੰਨਾ, ਇਹਦੇ ਵਿੱਚ ਦਿਖਦਾ ਹੈ ਨਾ ਬਾਈ। ਉਹਦੇ ਵਿੱਚ ਵੀ ਐਂ ਦਾ ਉਹ ਜਿੱਥੇ ਦਰਖਤ ਆ ਸ਼ੋਰਾ ਹੈ, ਉੱਥੇ ਨਿਸਰੇ ਪਏ, ਉਹ ਸ਼ੋਰੇ ਨਾਲ ਤਾਂ ਹੁਣ ਆਪਾਂ ਕਿਆ ਕਰ ਕਹਿੰਦੇ ਆ, ਉੱਥੇ ਤਾਂ ਪਹਿਲਾਂ ਫਸਲ ਨਿਸਰੇ ਆਉਂਦੀ। ਅਤੇ ਚਲੋ ਬਾਕੀ ਬਾਈ ਫਸਲ ਵਧੀਆ, ਉਸ ਦੇਖੋ ਸਰਜਰੀ ਸਰਜਰੀ ਕੱਕਣਾ ਉੱਪਰ ਐਨ ਬਾਈ, ਇਹ ਵੀ ਕੁਦਰਤ ਦੇ ਰੰਗ ਆ ਵੀ, ਐਨ ਸਰਿਆਂ ਸਰਿਆਂ ਪਰ ਟਿੱਕੀ ਵੀ ਆ ਉਸ। ਚਲੋ ਬਾਕੀ ਮੌਸਮ, ਅਸਮਾਨ ਨੀਲਾ, ਹਾਲ ਇੱਧਰ ਨੂੰ ਬੱਦਲਬਾਈ ਆ ਜਾਂਦੀ ਆ। ਲਓ ਬਾਈ ਪਹੁੰਚ ਗਿਆ ਇੱਧਰ, ਜਾਨ ਮਾਲ ਨੇ ਜਿਹੜਾ ਬਣਾਇਆ ਨਵਾਂ ਘਰ, ਅਤੇ ਆਪਣੀ ਪ੍ਰੀਤੀ ਬਾਈ ਉਹਦੇ ਲੱਕੜ ਚੱਕ ਕੇ ਕਰਨੀ ਥੋੜ੍ਹੀ ਜਿਹੀ ਇੱਧਰ ਸ਼ਿਫਟ, ਇੱਥੇ ਬੈੱਡ ਲੱਗ ਜੂਗੇ। ਮਿਸਤਰੀ ਨੂੰ ਮੈਂ ਵੀ ਨਿੱਤ ਨਵਾਂ ਕੰਮ ਛੇੜ ਦਿੰਦਾ, ਹਾਂ ਕੰਮ ਤਾਂ ਨਹੀਂ ਛੇੜਿਆ, ਚੱਲ ਇੰਨਾ ਕੁ ਤਾਂ ਤੈਨੂੰ ਕਸ਼ਟ ਦੇਣਾ ਹੀ ਹੁੰਦਾ, ਇਹ ਤਾਂ ਕੁਦਰਤੀ ਗੱਲ ਆ। ਕੱਲ੍ਹ ਵਿਹਲੇ ਰਹਿ ਲਏ, ਹੈਂ ਕੱਲ੍ਹ ਫਿਰ ਘਰ ਨੂੰ ਚਲੇ ਗਏ ਤੇ, ਅੱਛਾ ਲਾਈਟ ਵੀ ਬਾਈ 5:30 ਵਜੇ ਆਈ ਹੈ ਸ਼ਾਮ ਨੂੰ, ਉਹ ਵੀ ਡਿੰਮ ਆ ਕੇ ਅੱਧਾ ਘੰਟਾ ਆ ਕੇ ਫੇਰ ਚਲੇ ਗਈ, ਮੁੜ ਕੇ 7 ਆਈ ਹੈ, 7 ਵਜੇ ਆਈ ਸਾਡੇ ਇੱਧਰ। ਅੱਛਾ ਤੁਹਾਡਾ ਫਿਰ ਡੰਡਾ
ਤੁਹਾਡੇ ITI ਤੇ ਆਉਂਦੀ ਲਾਈਟ? ਹਾਂ ਇਹੀ ਆ। ਲਓ ਇਹ ਪਲਾਈ ਦਾ ਬਿੱਟੂ ਖੜਕਾ ਹੀ ਨਹੀਂ ਹੈਗਾ ਜਮਾਂ ਹੀ। ਹੈਂ ਬੰਦ ਹੀ ਕਰਦੀ ਹੈ ਇੱਕ ਲੈ ਆਈ। ਹਾਂ ਵੀ ਆ ਜਾ, ਤੂੰ ਕਹਿੰਦਾ ਦੂਰ ਬੈਠਾ, ਡਰ ਲੱਗਦਾ ਤੈਨੂੰ ਮਿਸਤਰੀ ਤੇ। ਬਿੱਟੂ ਪਤਾ ਨਹੀਂ ਛੇੜਦਾ ਰਹਿੰਦਾ ਇਹਨੂੰ। ਹਾਂ ਪਤੰਗ ਇਹ ਕਿਹੜੇ ਮਹੀਨੇ ਕਹਿਤਾ ਦਾ ਪਤੰਗ? ਆਹੋ ਹਾਂ ਹੋਰ ਆ। ਸਤਿ ਸ਼੍ਰੀ ਅਕਾਲ ਬੁਲਾ ਦੇ ਦੁਬਾਰਾ, ਕਿ ਮੈਂ ਲੱਗ ਗਿਆ ਬੋਲਣ। ਉਰੇ ਨੂੰ ਆ ਕੇ, ਉਰੇ ਨੂੰ, ਉਰੇ ਨੂੰ ਆ ਜਾ, ਗੁੱਟਾ ਵੀ ਖੋਲਣ ਵਾਲਾ ਵਾ ਹੁਣ। ਸਤਿ ਸ਼੍ਰੀ ਅਕਾਲ ਬੁਲਾ, ਹਾਂ ਕਿ ਲੱਗ ਗਿਆ ਮੈਨੂੰ ਅੰਕਲ ਬੋਲਣ ਆਉਣ ਆ ਗਿਆ। ਪੁੱਛ ਲਾ ਚਾਹ ਠੰਡਾ, ਪੁੱਛ ਲਾ ਕੁਛ, ਪੁੱਛਦਾ ਪੁੱਛਦਾ ਕਿ ਅੰਕਲ ਚਾਹ ਠੰਡਾ ਕੁਛ, ਲੱਸੀ ਪਾਣੀ ਹੈਂ। ਹੱਸਦਾ ਪੁੱਛਦਾ ਨਹੀਂ ਹੈਗਾ ਕੁਛ। ਸਕੂਲ ਬੁਖਾਰ ਜਿਹਾ ਚੜ੍ਹਦਾ ਤੈਨੂੰ ਅੱਜ, ਪਰ ਅਸੀਂ ਪਛਤਾ ਰਹੇ ਹੈ ਰੱਖ ਕੇ। ਇਹਨੇ ਤਾਂ ਫੋਨ ਬਹੁਤ ਟੀਕਾ ਹੀ ਲਾਉਣਾ ਇਹਦੇ ਹੁਣ। ਲੋ ਬਾਈ ਚੱਲ ਰਿਹਾ ਕੰਮ ਹੈਂ। ਗੱਲਾਂ ਚ ਪਿਆ ਵਾ ਕੇ ਗੱਲਾਂ ਚ ਪਿਆ ਵਾ ਉਦਣ ਉਦਣ ਬਾਈ ਨੇ ਆਪਣੇ ਵਾਲੀ ਸਾਈਡ ਤੇ ਪੱਧਰ ਹੀ ਰੱਖੇ। ਉਦਣ ਵੀ ਉਦਣ ਵੀ ਬਾਈ ਨੇ ਸ਼ੇਰੀ ਨੇ ਚਲੋ। ਲੋ ਬਾਈ ਬੋਰਡ ਹੋ ਗਿਆ ਚੱਕ, ਪੰਮੂ ਨੇ ਕਰਤੀ ਕਿਰਪਾ। ਉਹ ਦੇ ਆਪਣਾ ਸਮਾਨ ਲੈ ਬਿੱਟੂ, ਕਹਿੰਦੇ ਅਰਦਾਸ ਕਰਦੇ, ਅਰਦਾਸ ਨਹੀਂ ਕਰ ਰਹੇ ਅੱਗੇ, ਅਰਦਾਸ ਨਹੀਂ ਕਰ ਰਹੇ। ਉਹਦਾ ਆਪਣਾ ਸਮਾਨ ਲਿਆ ਆ ਬਾਈ, ਉਹ ਨਹੀਂ ਹਟ ਸਕਦਾ ਪਿੱਛੇ ਹੈਂ। ਉਹ ਇੰਨਾ ਛੇੜਨਾ, ਹਾਂ ਛੇੜਨਾ ਬਾਈ, ਗਾਣਾ ਬੋਕਰੀਆਂ ਕੱਢਦਾ, ਗਾਲ ਵੀ ਕੱਢਦਾ। ਦੇ ਦੇ ਸ਼ੇਰੀ ਬਾਈ ਨੂੰ, ਦੇ ਦੇ ਇੱਧਰ ਵੀ ਦੇ ਬਾਈ ਨੂੰ, ਪਹਿਲਾਂ ਪੀਓ, ਕੋਈ ਚੱਕਰ ਨਹੀਂ। ਇਹ ਕੰਮ ਠੀਕ ਹੈ ਇਹਦਾ, ਆਪਣਾ ਨਾਲ ਆ ਕੇ ਨਾਲੇ ਆਪਣਾ ਸਮਾਨ ਲੈ ਲਿਆ, ਨਾਲ ਠੰਡਾ ਪੀ ਲਿਆ। ਚੱਕ ਬਾਈ ਲੈ, ਕੌਣ ਕਰਦੇ ਅਰਦਾਸ ਵੀ, ਬਿੱਟੂ ਦਾ ਕੰਮ ਲੋਟ ਆਵੇ ਹੈ ਕਰਦੇ। ਜਾ ਗਲਾਸ ਲੈ ਕੇ ਸਿਮੇ ਆਂਟੀ ਦੇ, ਜਾ ਕੈਂਟੀ ਗਲਾਸ ਦੇ, ਤਾਜ ਤੇ ਫੜ ਲਿਆ। ਲੋ ਬਾਈ ਪਲਾਈ ਹੋ ਗਈ, ਇੱਧਰ ਲਾ ਗਿਆ, ਇੱਧਰ ਬਾਈ ਵੀ ਆ ਗਿਆ। ਹਾਂ ਵਧੀਆ ਬਣ ਗਿਆ, ਹਾਂ ਇੰਨੀ ਕੁ ਤੰਗੀ ਦਿਓ ਹੁਣ ਇੱਥੇ ਜਿਹੜੀ ਰਸੋਈ ਰਸੋਈ ਬਣਦੀ ਹੈ ਨਾ, ਇਹਨੂੰ ਕਹਿੰਦੇ ਵੀ ਥੱਲੇ ਇੱਟਾਂ ਦਾ ਲਾ ਗਿਆ ਇੰਨੀ ਕੁ ਉੱਚਾ, ਉੱਪਰ ਜਿਹੜੀ ਸਲੇਪਾਂ ਉਹ ਸਲੇਪਾਂ ਰੱਖ ਲਓ, ਫਿਰ ਗੈਸ ਰੱਖ ਲਈ ਫਿਰ ਨਾਲੇ ਬੰਨ ਲਓ, ਨੇੜੇ ਆ ਜੂਗਾ ਸਾਰਾ ਕੁਛ ਰਸੋਈ ਨੂੰ ਸਿਸਟਮ ਦਾ। ਕਹੀ ਜਾਂਦਾ 2 ਮਹੀਨੇ ਲੱਗਣੇ, ਨਹੀਂ 2 ਮਹੀਨੇ ਨਹੀਂ ਲੱਗਣੇ, 22 ਦਿਨ ਚ ਤਾਂ ਲੱਗ, ਬਾਈ ਲੈਂਟਰ ਦਿਨ ਚ ਤਾਂ ਲੈਂਟਰ ਖੋਲਣਾ। ਗੇਟ ਕਹਿੰਦਾ ਇਹ ਦੇਖਦੇ ਜੇ ਕਿਤੇ ਗੇਟ ਲੋਟ ਆਉਂਦਾ ਕਿਸੇ ਨੇ, ਉਹਨੂੰ ਪੁੱਛਣਾ ਵੀ ਦੇਖ ਲੈ ਕਿਹੜੇ ਹਿਸਾਬ ਕੱਢਣਾ ਤਾਂ ਕੱਢ ਲੱਗਾ ਤੁਸੀਂ, ਇਹਨੂੰ ਆਏ ਵੀ ਆਏ ਘੁੰਮ ਕੇ ਆਉਣਾ ਪੈਂਦਾ ਥੋੜ੍ਹਾ ਜਿਹਾ, ਫਿਰ ਇੱਥੇ ਸਿੱਧੀ ਸਪਲਾਈ ਨੇੜੇ ਆ, ਚਾਹ ਚੂਹ ਦੇਣੀ ਹੁੰਦੀ ਹੈ ਨਾ ਜਿਹੜੇ ਮਿਸਤਰੀ ਮੁਸਤਰੀ ਹੋਏ, ਬਾਕੀ ਠੇਕੇ ਲੋਕ ਸਿਸਟਮ ਦਾ
ਮੈਂ ਕਰਕੇ ਮਹਾਂ ਚੱਕਣਾ ਮਰਜ਼ੀ ਕਰ ਲਾ ਇੰਨਾ ਹੁਣ ਕੁਆਟਰ ਤੈਨੂੰ ਦੇ ਦਿੱਤਾ ਮੈਂ ਤਾਂ ਕਹਿੰਦਾ ਵੀ ਉਹ ਰੂਟਰ ਫੀਟਰ ਆਇਆ ਤਾਂ ਮੈਨੂੰ ਬਾਈ ਦੇ ਇੱਕ ਦਾ ਫੋਨ ਆਇਆ ਤਾਂ ਕਹਿੰਦਾ ਵੀ ਇਹਨੂੰ ਜੱਗੇ ਤੇ ਖੜਾਓ ਮਹਾਂ ਚੱਕਰ ਲਾ ਨੂੰ ਕੋਈ ਤਾਂ ਫਿਰ ਤਾਂ ਜਗ੍ਹਾ ਚੱਕੇ ਦੇ ਆਪਣੇ ਭਰੇ ਪਏ ਸਾਰਾ ਉੱਥੇ ਚਲੇ ਗਿਆ ਮੋਟਰ ਮੋਟਰ ਪੱਖਾ ਦਾ ਮੈਂ ਫਰਾਟਾ ਹੀ ਕਿਹਾ ਤਾਂ ਮੈਂ ਘਰ ਪਿਆ ਚੱਕਣਾ ਚੱਕ ਲਿਆ ਬਹੁਤ ਹਵਾ ਦਿੰਦਾ ਉਹ ਫਰਾਟਾ ਹਾਂ ਉਹ ਇਹੋ ਜਿਹਾ ਹੀ ਹੈ ਟਰੈਕਟਰ ਇੱਥੇ ਵੀ ਯਾਰ ਐਨ ਸਹੀ ਖੜ ਗਿਆ ਹੈਨਾ ਨਿਕਲ ਤਾਂ ਜਾਂਦਾ ਮੁੜ ਅੰਦਰ ਕਈ ਵਾਰ ਨਾ ਇਹਦੀ ਚੋਕ ਖਿੱਚਣ ਜ਼ੋਰ ਕਰ ਫਿਰ ਇਹ ਫ੍ਰੀ ਆ ਘੁੰਮਣ ਲੱਗ ਜਾਂਦੀ ਕੀਲੀ ਖੜੀ ਹੋ ਜਾਂਦੀ ਹੈ ਕਈ ਵਾਰ ਮੈਂ ਹੁਣ ਕੱਲ ਖਿੱਚੇ ਦੇਖੀ ਕੱਲ ਘੁੰਮਿਆ ਨੀ ਹੈਗਾ ਸ਼ਾਮ ਨੂੰ ਦੇਖਣਾ ਕਰਕੇ ਸਟਾਰਟ ਕਰ ਦਾਂਗੇ ਹੋ ਜੂਗਾ ਮੈਂ ਹੁਣ ਖੋਲ ਦੇ ਅੱਜ ਕੰਮ ਦਾ ਥੋੜਾ ਚਮਕੌਰ ਲਾਂਗੇ ਮੇਰੇ ਕੰਮ ਜਾਂ ਨਿਬੇੜ ਕੇ ਆ ਦੇ ਲੈ 11 ਵਜੇ ਦੇ ਤੁਸੀਂ ਆਪਣਾ ਟਿਕਾਣੇ ਲਾਤੀ ਪੰਮੂ ਨੇ ਠੰਡਾ ਪਿਲਾਤਾ ਲਿਆ ਕੇ ਚੱਲ ਉਹ ਠੰਡਾ ਪਿਆ ਇੱਕ ਗਲਾਸ ਤੇਰਾ ਹਾਂ ਉਹਦੇ ਵਿੱਚ ਹੇਠਾਂ ਹੇਠਾਂ ਕਿੰਨਾ ਪਿਆ ਗਲਾਸ ਹੈਗਾ ਸੱਚਾ ਦਾਦੇ ਨੂੰ ਗਲਾਸ ਪਿਲਾਤਾ ਇਹਨੇ ਉਹ ਵੀ ਭਰਦੇ ਹੈਗੇ ਕਰ ਜਾ ਚਲੋ ਬਾਈ ਚੱਲ ਰਿਹਾ ਕੰਮ ਲਓ ਬਾਈ ਗੱਡੀ ਹੋ ਗਈ ਇੱਧਰ ਤਿਆਰ ਧਾਨਾਂ ਦਾ ਟੋਟਾ ਸਰੋਂ ਇੱਧਰ
ਡੋਲੀਆਂ ਲੱਗੀਆਂ ਬੰਨ ਹੋਣ ਢੱਕਣ 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 ਬੰਦ ਹੈ ਪੂਰਾ ਟਾਈਟ ਕਰਕੇ ਪਰਮ ਓਏ ਲੈ ਬਈ ਗੱਡੀਆਂ ਸਾਰੀਆਂ ਤਿਆਰ ਪਰ ਤਿਆਰ ਆ ਓ ਪਰਮ ਓ ਪਰਮ ਓਏ ਆਇਆ 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 ਇੱਧਰ ਨੂੰ ਰੋਡੀ ਕਿਆ ਹਾਲ ਹੈ ਠੀਕ ਆ ਸਤਿ ਸ਼੍ਰੀ ਅਕਾਲ ਬੁਲਾ ਆਇਆ ਕਿਆ ਕਰਦਾ ਤਾ ਅੰਦਰ ਆ ਗੁੱਟਾ ਖੋਲ ਲੂੰ ਫਿਰਦਾ ਤੂੰ ਆਪਣਾ ਕਿਆ ਕਰਦਾ ਤਾ ਫੋਨ ਦੇ ਦਾਦਾ ਆ ਲਓ ਬਾਈ ਕੈਮੀ ਐਂ ਕਰਨੀ ਪੈਂਦੀ ਜਾਣ ਲੱਗੇ ਬੰਦ ਢੱਕਣਾ ਚਾਹ ਥੈਲਾ ਹੀ ਬਣਦਾ ਹੈ ਤਿਲਕਣ ਦਾ ਡਰ ਹੈ ਤਿਲਕਣ ਦਾ ਡਰ ਹੈ ਹਲੋਲੇ ਤੇ ਵਿਕਣਾ ਹੀ ਆ ਫਿਰ ਦੋਜੀ ਜਾਂਦੇ ਹੁੰਦੇ ਚਿਕਣਾ ਠੀਕ ਨੀ ਹਾਲੇ ਪੰਮੂ ਨੇ ਬਹਿਣਾ ਪਰ ਇਹਨੇ ਜਾਣਾ ਨਾਲ ਚਲੋ ਬਾਈ ਚੱਲੀ ਜਾਣੇ ਕੰਮ ਇਹ ਤਾਂ ਮੌਸਮ ਬਾਈ ਸਾਫ ਪਿਆ ਨੀਲਾ ਟੋਟਲੀ ਹੈ ਧੁੱਪ ਬਹੁਤ ਹਾਂ ਚਲ ਦੂਈ ਦੇ ਬੂਟ ਵਾਲੀ ਗੱਠ ਏ ਹਾਂ ਚਲ ਠੀਕ ਚਲ ਢੱਕਣ ਸਾਰੇ ਕਾਬੂ ਆ ਗਏ ਹੈ ਨਾ ਗੋਹੇ ਟੋਲੀਆਂ ਦੇ ਢੱਕਣ ਕਾਬੂ ਆ ਗਏ ਇਹਦਾ ਚਲੋ